ਆਓ ਸੁਣੀਏ ਹਰਪ੍ਰੀਤ ਜਵੰਦਾ ਦੀ ਇੱਕ ਕਹਾਣੀ ਤੀ ਜਾਂਦੀ ਵੇਰ ਪੱਕੀ ਕਰ ਗਈ ਸੀ ਮੇਰੀ ਸਕੂਟੀ ਨਹੀਂ ਵੇਚਣੀ ਜਦੋਂ ਵੀ ਆਈ ਚਲਾ ਲਿਆ ਕਰਾਂਗੀ ਆਉਂਦੀ ਤਾਂ ਜ਼ਰੂਰ ਪਰ ਘੜੀ ਦੀ ਘੜੀ ਫੇਰ ਚਲੀ ਜਾਇਆ ਕਰਦੀ ਖਲੋਤੀ ਵੱਲ ਵੇਖ ਜੀ ਨੂੰ ਕੁਝ ਹੋਇਆ ਕਰੇ ਕੱਪੜਾ ਪਾ ਟੱਕ ਦਿੱਤੀ ਤਾਂ ਵੀ ਗੱਲ ਨਾ ਬਣਿਆ ਕਰੇ ਅਖੀਰ ਇੱਕ ਦਿਨ ਇਸ਼ਤਿਹਾਰ ਦੇ ਦਿੱਤਾ 15 ਮੱਗੇ ਪਰ ਕਿਸੇ ਨੇ ਛੱਟ 14 ਦੀ ਹਾਮੀ ਭਰ ਦਿੱਤੀ ਪਰ ਮੈਥੋਂ ਹਾਂ ਨਾ ਕੀਤੀ ਗਈ ਸ਼ਾਮੀ ਕੋਹਰ ਫੋਨ ਆਇਆ ਅਖੇ ਤੀ ਨੌਕਰੀ ਕਰਦੀ ਬੱਸਾਂ ਵਾਲੇ ਔਖਿਆਂ ਕਰਦੇ ਉਹਦੇ ਲਈ ਲੈਣੀ ਹੈ ਪਰ ਇੱਕ ਬੇਨਤੀ ਏ ਕੋਲ ਜੇ ਸਿਰਫ ਦਸੀ ਨੇ ਬਾਕੀ ਦੇ ਅਗਲੇ ਮਹੀਨੇ ਦੇ ਦੇ ਦਿਆਂਗਾ ਗੱਲ ਕਰਨ ਦੇ ਲਹਿਜੇ ਨੇ ਮੈਨੂੰ ਕੀ ਲਿਆ ਆਖਿਆ ਹੁਣ ਆ ਕੇ ਮਿਲ ਕਹਿੰਦਾ ਸਵੇਰੇ ਆ ਜਾਵਾਂਗਾ ਹੁਣ ਮੰਡੀ ਵਿੱਚ ਬੋਲੀ ਤੇ ਹਾਂ ਅਗਲੀ ਦੁਪਹਿਰ ਇੱਕ ਕੁੜੀ ਰਿਕਸ਼ੇ 'ਚ ਉਤਰੀ ਮੈਂ ਬਾਹਰ ਬੂਟਿਆਂ ਨੂੰ ਪਾਣੀ ਦੇ ਰਿਹਾ ਸਾਂ ਫਤਿਹ ਬੁਲਾਈ ਤੇ ਆਖਣ ਲੱਗੀ ਅੰਕਲ ਜੀ ਕੱਲ ਸਕੂਟੀ ਦੀ ਗੱਲ ਹੋਈ ਸੀ ਪੁੱਛਿਆ ਤੇਰਾ ਪਾਪਾ ਜੀ ਕਿੱਥੇ ਆਖਣ ਲੱਗੀ ਉਹ ਰਿਕਸ਼ਾ ਛਾਵੇਂ ਲਾਉਣ ਗਿਆ ਕੜੀ ਕੁ ਮਗਰੋਂ ਮੂੰਹ ਬੂੰਝਦਾ ਅੰਦਰ ਆਣ ਵੜਿਆ ਇੱਧਰ ਉੱਧਰ ਠਾਠ ਬਾਠ ਵੇਖ ਪੁੰਜੇ ਬਹਿਣ ਲੱਗਾ ਪਰ ਕੁਰਸੀ ਮੰਗਵਾ ਲਈ ਕਾਫੀ ਗੱਲਾਂ ਹੋਈਆਂ ਮਗਰੋਂ ਪੰਜ-ਪੰਜ ਦੀਆਂ ਦੋ ਗੱਠੀਆਂ ਕੱਢੀਆਂ आखेर रिक्शा बेचने ਲਾਇਆ ਬਾਕੀ ਦੇ ਉਦੋਂ ਜਿੱਥੇ ਮਰਜੀ ਅੰਗੂਠਾ ਲਵਾ ਲਵੋ ਮੇਰਾ ਘਰ ਵੇਖ ਲਵੋ ਇੱਥੋਂ ਕੋਲ ਹੀ ਐ ਫੇਰ ਦੋਵੇਂ ਇੰਚ ਖਲੋ ਗਏ ਜਿੱਦਾਂ ਕਿਸੇ ਵੱਡੇ ਮੁਕਦਮੇ ਦੇ ਫੈਸਲੇ ਦਾ ਇੰਤਜ਼ਾਰ ਹੋਵੇ ਮੈਂ ਅੰਦਰ ਗਿਆ ਸਾਰੇ ਕਾਗਜ਼ ਲੈ ਆਂਦੇ ਫੇਰ ਆਖਿਆ ਰਿਕਸ਼ਾ ਵੇਚਣ ਦੀ ਲੋੜ ਨਹੀਂ ਬਸ ਕਦੇ-ਕਦਾਈ ਮੈਨੂੰ ਸਕੂਟੀ ਜ਼ਰੂਰ ਵਿਖਾ ਜਾਇਆ ਕਰੀ ਹਰ ਰੋਜ਼ ਸਵੇਰੇ ਮੈਂ ਇੱਥੇ ਬਾਹਰ ਬੂਟਿਆਂ ਨੂੰ ਪਾਣੀ ਦਿੰਦਾ ਹਾਂ ਤੇ ਫੇਰ ਕਾਗਜ਼ਾਂ ਦੇ ਨਾਲ ਹੀ ਫੜਾ ਦਿੱਤੀਆਂ ਨੋਟਾਂ ਦੀਆਂ ਉਹ ਦੋ ਗੱਠੀਆਂ ਹੱਕੇ ਬੱਕੇ ਵੇਖੀ ਜਾਵਣ ਆਖਿਆ ਮੇਰੇ ਵੱਲੋਂ ਧੀ ਦੇ ਵਿਆਹ ਦਾ ਅਗਾਊ ਸ਼ਗਨ ਅੱਜ ਹੀ ਰੱਖ ਲਵੋ ਉਦੋਂ ਤੀਕਰ ਪਤਾ ਨਹੀਂ ਮੈਂ ਹੋਣਾ ਵੀ ਏ ਕਿ ਨਹੀਂ ਦੁਆਵਾਂ ਦੇਂਦੇ ਚਲੇ ਗਏ ਕੰਸੋਮਾ ਲੈਂਦਾ ਗਵਾਂਢੀ ਨਿੱਕਲ ਆਇਆ ਪੁੱਛਣ ਲੱਗਾ ਕਿੰਨੇ ਦੀ ਵੇਚੀ ਆਖਿਆ 15 ਮੰਗੇ ਸਨ ਪੂਰੇ ਹੀ ਦੇ ਗਏ ਨੇ ਆਖਣ ਲੱਗਾ ਵਪਾਰ ਦੇ ਵੱਲ ਸਿੱਖ ਹੀ ਗਇਓ ਹੁਣ ਕੋਈ ਬਿਜ਼ਨਸ ਖੋਲ ਲਵੋ ਬੜਾ ਚੱਲੂ ਆਖਿਆ ਉਹ ਤੇ ਬਾਬਾ ਨਾਨਕ 550 ਸਾਲ ਪਹਿਲਾਂ ਹੀ ਖੋਲ ਕੇ ਦੇ ਗਿਆ ਸੀ ਤੇਰਾ ਤੇਰਾ ਵਾਲਾ ਬਿਜ਼ਨਸ ਪਰ ਅੱਜ ਬਹੁਤੇ ਕਰਕੇ ਰਾਜੀ ਨਹੀਂ ਅਖੇ ਮੁਨਾਫਾ ਹੈ ਨਹੀਂ ਕੋਈ ਖਾਸ